ਗੁਫਤਾਰ ਆਂਦਾ ਵੀ ਹਾਂ ਨੇ ਤੇ ਉਹਨਾਂ ਦਾ ਵੀ ਬੰਦਾ ਗੁਫਤਾਰ ਆਂਦਾ ਹਾਂ ਕਿਹੜਾ ਬੰਦਾ ਲੈ ਜਿਹੜਾ ਨਿੱਕਾ ਭਰਾ ਹੈ ਸਭ ਨਾਲ ਨਿੱਕਾ ਉਹ ਇਹਦੀ ਕੁੜੀ ਨਾ ਉਹਨਾਂ ਦੀਆਂ ਬੇਟੀਆਂ ਡਾਕਟਰ ਦੀਆਂ ਬਣਦੀਆਂ ਨੇ ਤੇ ਉਹ ਇਹਨਾਂ ਨੂੰ ਇਹ ਕੀ ਕਰਦਾ ਕੱਖ ਵੀ ਨਹੀਂ ਜਨੇਰ ਜਿਹੜਾ ਕੁਛ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਮੈਂ ਅਜੇ ਆਪਣੇ ਕਾਰੋਬਾਰ 'ਚ ਇਨਵਾਲਵ ਹਾਂ ਮੈਨੂੰ ਤਾਂ ਪੁੱਛਿਆ ਨਹੀਂ ਹੈ ਉਹਦਾ ਹਾਂ ਜੋੜ ਤਾਂ ਸਭ ਦਾ ਬਣਦਾ ਹੈ ਉਹਨਾਂ ਨੇ ਆਪਣਾ ਉਹ ਵਕਾਰ ਦੀ ਸ਼ਾਦੀ ਕਰ ਛੇੜੀ ਨੇ ਨਾ ਵਕਾਰ ਦੀ ਸ਼ਾਦੀ ਤੇ ਅਜੇ ਮਾਰੀਆ ਰਹਿੰਦੀ ਹੈ ਮਾਰੀਆ ਵੀ ਰਹਿੰਦੀ ਹੈ ਇੱਕ ਉਹ ਮੇਰੀ ਗੱਲ ਸੁਣੋ ਉਹ ਤੇ ਉਹ ਵੀ ਡਾਕਟਰ ਬਣਦੀ ਹੈ ਫੇ ਉਹ ਬਣ ਗਈ ਬਣ ਗਈ ਆਪ ਹੀ ਕਰਦੀ ਹਾਂ ਉਹ ਸੋਹਣੀ ਹੈ ਸਾਰਿਆਂ 'ਚ ਉਹ ਡੈਂਟਿਸਟ ਬਣੀ ਔਰ ਸਾਇਮਾ ਦੇ ਕਿੰਨੇ ਬੱਚੇ ਨੇ ਉਹਦੀ ਬੇਟੀ ਹੁਣ ਪਹਿਲੇ ਤੇ ਘਰੇ ਉਹਦਾ ਹੋ ਗਿਆ ਸੀ ਨਾ ਫੋਤ ਹੋ ਗਈ ਸੀ ਬੇਟੀ ਸੀ ਤੇ ਹੁਣ ਮੈਂ ਹਜੇ ਪਤਾ ਨਹੀਂ ਬੇਟਾ ਸੋਹਰੇ ਕਿ ਬੇਟੀ ਸੀ ਉਹ ਤੇ ਸਾਇਮਾ ਉਹ ਦੂਸਰੀ ਨੰਬਰ ਵਾਲੀ ਉਹਦਾ ਬੇਟਾ ਦੂਸਰੇ ਨੰਬਰ ਉਹ ਵੀ ਪਤਲੀ ਹੋਣ ਜੀ ਪਹਿਲਾਂ ਜਾਂ ਜੀ ਪਤਲੀ ਸੀ ਹਾਂ ਨਹੀਂ ਥੋੜਾ ਜਿਹਾ ਫਰਕ ਹੈ ਲੇਕਿਨ ਇਹ ਕਿ ਉਹਦੀਆਂ ਜਿਹੜੀਆਂ ਨਾ ਮਾਰੀਆ ਜ਼ਰਾ ਕੁਛ ਉਹੀ ਹੈ ਵੱਡੀਆਂ ਦੋਵੇਂ ਠਹਿਰੀਆਂ ਨੇ ਉਹਦੀਆਂ ਇਹ ਵੀ ਦੋਵੇਂ ਭੈਣਾਂ ਐਡੀਆਂ ਸ਼ੋਹੀਆਂ ਨਹੀਂ ਆ ਸ਼ਗੁਫਤਾ ਔਰ ਤਰ੍ਹਾਂ ਦੀ ਆਹੋ ਮਤਲਬ ਕਿ ਐਡੀਆਂ ਹੁਸ਼ਿਆਰ ਨਹੀਂ ਉਸ ਹਿਸਾਬ ਨਾਲ ਸ਼ਗੁਫਤਾ ਜਿਹੜੀ ਹੈ ਨਾ ਇਹ ਉਂਝ ਹੀ ਭੋਲੀ ਅਤੇ ਵੱਡੀ ਉਹ ਕਈ ਸਾਦੀ ਸੀ ਵਿਚਾਰੀ ਉਹ ਕਦੀ ਬੱਚੇ ਇਹਦੇ ਕੋਲ ਆਉਂਦੇ ਨੇ ਕਦੀ ਪਿਓ ਕੋਲ ਆਉਂਦੇ ਨੇ ਬਸ ਇੰਝ ਸਾਫ ਲੇਕਿਨ ਇਹ ਲੈਦਾ ਹੀ ਰਹਿੰਦੀ ਇਕੱਲੀ ਤੇ ਤੂੰ ਜੋਬ ਕਰਦੀ ਨਹੀਂ ਮੇਰੇ ਨਾਲ ਮੈਨੂੰ ਲੱਗਦਾ ਜੋਬ ਕਰਦੀ ਨੇ ਲਾਡਾਂ ਦੇ ਨਾਲ ਪਾਲੀ ਸੀ ਦਾਦੀ ਨਾਰਾਜ਼ ਹੋਣਾ ਤੇ ਦੋ ਦੋ ਦਿਨ ਨਾਰਾਜ਼ ਰਹਿਣਾ ਕਮਰੇ ਦਾ ਦਰਵਾਜ਼ਾ ਨਾ ਖੋਲਣਾ ਕਰਨਾ ਪਿਓ ਨੇ ਜਾਣਾ ਦਾਦੇ ਨੇ ਜਾਣਾ ਨਹੀਂ ਸੀ ਖੋਲਦੀ ਉਹ ਤੇ ਨਾ ਮਾਮੂ ਤੇਰੇ ਆਏ ਨੇ ਨਾ ਬਾਹਰੋਂ ਤੇ ਕਹਿੰਦੇ ਨੇ ਲੈ ਵੀ ਰਾਤੀ ਅਸੀਂ ਆ ਗਏ ਸਾਂ ਤੇ ਉੱਥੇ ਤਾਂ ਸੁਣਿਆ ਬੜੀ ਲੜਾਈ ਹੋਈ ਆ ਹਾਲ ਦੇ ਵਿੱਚ ਹੀ ਉੱਥੋਂ ਪਾਈ ਪਈ ਉਹਨੇ ਆਸਫ ਨੇ ਕਿਹਾ ਕਿ ਇਹਨਾਂ ਦੇ ਹਿਸਾਬ ਨਾਲ ਮੇਰੀ ਬਈ ਮੇਰੇ ਕੋਲ ਮਾਂ ਦੇ ਬਿਸਤੀ ਕਰਾ ਦਿੱਤੀ ਹੈ ਤੇ ਹੈ ਤੇ ਉਹ ਕੀਤਾ ਉੱਧਰ ਸੁਣਾ ਜਿਹੜੀ ਵੱਡੀ ਨਹੀਂ ਸਹਿਮਾ ਹਾਂ ਉਹਦੀ ਨੰਦ ਆਈ ਹੈ ਨਾ ਅਰੇ ਅੱਛਾ ਜੀ ਨੰਦ ਆਈ ਹੈ ਹਾਂ ਉਹ ਮਾਮੂ ਘਰ ਉਹਦੀ ਹੋਈ ਹੈ ਨਾ ਸ਼ਾਦੀ ਰਿਸ਼ਤੇਦਾਰਾਂ ਘਰ ਹੋਈ ਹੈ ਹਾਂ ਹਾਂ ਉਹਦੀ ਨੰਦ ਹੀ ਅਰੇ ਆਈ ਹਾਂ ਤਾਂ ਗਲਤ ਗੱਲ ਉਹਨੇ ਇਹ ਕਿਹਾ ਨਾ ਕਿ ਕਿਹਨੇ ਆਪਣੇ ਮਤਲਬ ਲਿਆਂਦੀ ਹੈ ਭਰਾ ਦੀ ਅਤੇ ਇੱਕ ਮੈਂ ਆਪਣਿਆਂ ਦੀ ਲੈ ਆਵਾਂ ਐਸਾ ਉਹਨੇ ਨਿਕਾਹ ਕਰਕੇ ਭੇਜਿਆ ਸੀ ਬਾਹਰ ਉੱਥੋਂ ਫਿਰ ਉਹ ਹੁਣ ਆਇਆ ਵੀ ਅਤੇ ਵਿਕਾਸ ਵੀ ਚਲਾ ਗਏ ਆ ਦੋਵੇਂ ਭਰਾ ਆਏ ਸ਼ਾਦੀ ਵਾਸਤੇ ਅਤੇ ਨਬੀਲ ਦੀ ਵੀ ਸ਼ਾਦੀ ਹੈ ਨਾ ਨਬੀਲ ਹੈ ਨਾ ਉਹ ਛੋਟਾ ਜੁਨੇਦ ਹੈ ਨਾ ਸਭ ਤੋਂ ਨਬੀਲ ਸਾਰਿਆਂ 'ਚ ਵੱਲ ਹੈ ਆਹੋ ਵੀ ਆਏ ਆ ਉਹਦਾ ਮੇਰੇ ਖਿਆਲ 'ਚ ਮਾਰਚ 'ਚ ਹੀ ਉਹਦੀ ਸ਼ਾਦੀ ਆਉਂਦੀ ਸਾਨੂੰ ਦੋਵਾਂ ਨੂੰ ਨਹੀਂ ਬੁਲਾਉਣਾ ਨਾ ਸਭ ਨੂੰ ਬੁਲਾ ਰੱਖ ਤੇ ਮਾਮੂ ਤੇਰੇ ਕਹਿੰਦੇ ਨੇ ਕਿ ਗਿਆ ਵਾ ਮੈਂ ਤੇ ਸਹੀ ਹੁਸ਼ਬਾਸ਼ ਸਾਰੇ ਇੱਕ ਦੂਜੇ ਨੂੰ ਮਿਲੇ ਗਿਲੇ ਸਾਰਾ ਫੰਕਸ਼ਨ ਉਹਨਾਂ ਅਟੈਂਡ ਕੀਤਾ ਸਮਝ ਨਹੀਂ ਆਈ ਕਿ ਪਿੱਛੋਂ ਕੀ ਕੰਮ ਆ ਗਿਆ ਮਸ਼ੀਨ ਦੀ ਭਜਾਈ ਗਈ ਆਹੋ ਆਹੋ ਪਤਾ ਹੈ ਪਤਾ ਹਾਂ ਗੋਰੀ ਦੀ ਗੋਰੀ ਉਹ ਉਹਦਾ ਬੰਦਾ ਵੀ ਸੀ ਨਾ ਖਲੋਤਾ ਉਹਦਾ ਬੰਦਾ ਵੀ ਬਾਹਰੋਂ ਆ ਗਿਆ ਹਾਂ ਇਹ ਸਾਰੇ ਆ ਗਏ ਨੇ ਨਵਾਜ਼ ਵੀ ਸਾਹਮਣਾ ਪੱਕਾ ਪੱਕਾ ਆ ਗਿਆ ਅੱਛਾ ਉਹ ਵੀ ਕੋਲ ਹੀ ਖਲੋਤੇ ਹਨ ਅਤੇ ਉਹਨੇ ਵੀ ਆਖਦਾ ਹੈ ਕਿ ਯਾਰ ਜਰਾ ਵੇਖ ਨਾ ਭਲਾ ਵਟਸਐਪ 'ਤੇ ਸ਼ਾਮਾਂ ਦੀ ਵਟਸਐਪ 'ਤੇ ਚੱਲਦੀ ਆ ਗਿਆ ਘਰ ਇਹਨਾਂ ਨੇ ਇਹ ਸੁਣ ਕਿਹਾ ਕਿ ਅੱਜ ਸਭ ਕਿਉਂ ਨਾ ਉਹਨੂੰ ਪਿਆ ਦੇ ਉਹ ਕਹਿੰਦਾ ਕਿ ਨਹੀਂ ਮੇਰਾ ਨਹੀਂ ਵਟਸਐਪ ਚੱਲਦਾ ਤੁਸੀਂ ਇਹਨਾਂ ਨੂੰ ਜਵਾਬ ਦਿਓ ਤੇ ਤੁਸੀਂ ਆ ਫੋਨ ਕਰਕੇ ਪਤਾ ਕਰ ਲਓ ਜਾਂ ਜਾ ਕੇ ਪਤਾ ਕਰ ਲਓ ਤੁਹਾਡਾ ਆਪਣਾ ਘਰ ਹੈ ਉਹ ਵੀ ਕਿਹੜੀ ਗੱਲ ਉਹ ਫੋਨ ਉਹਨਾਂ ਨੂੰ ਇੰਨੀ ਗੱਲ ਆਖਣਾ ਲੈ ਫਿਰ ਜੀ ਗੁੱਸਾ ਕਰਨ ਵਾਲੀ ਗੱਲ ਚੁੱਪ ਤੇ ਚੁੱਪ ਹੀ ਕਰ ਰਹੇ ਨੇ ਕਿ ਅੱਜ ਤਾਂ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈ ਤੇ ਠੀਕ ਹੈ ਜੇ ਤੁਹਾਨੂੰ ਗੁੱਸਾ ਲੱਗਿਆ ਤਾਂ ਮੈਂ ਕਿਸੇ ਨਾ ਕਰਾਂ ਉਹਨਾਂ ਕੁਛ ਲੈਣਾ ਨਹੀਂ ਹੈ ਰਾਤੇ ਉਹਦੀ ਗੁੱਸਾ ਨਹੀਂ ਖਾਂਦਾ ਸਾਰੇ ਚਲਾ
ਭਾਈ ਮੋਟੇ ਹੋ ਗਏ ਨਾ ਭਤੀਜਾ ਤਾਂ ਮੈਨੂੰ ਤਾਂ ਵਿਚਾਰੀ ਦਾ ਬੜਾ ਅਫਸੋਸ ਹੋਇਆ ਹੈ ਨਾ ਮੈਂ ਨਾ ਇਹਨੂੰ ਮਾਇਰਾ ਨੂੰ ਸਕੂਲ ਭੇਜਿਆ ਵੇ ਤੇ ਮਾਮੀ ਕਹਿੰਦੇ ਰੰਗ ਸ਼ੰਗ ਫਰਕ ਪਿਆ ਸੀ ਨਹੀਂ ਪਿਆਰੀ ਲੱਗਦੀ ਸਾਰੀ ਮਾਂ ਤੇ ਸੀ ਉਹ ਬੜੀਆਂ ਨਚਾਕੀਆਂ ਆਪਸ ਪਈਆਂ ਇੰਨਾ ਸਲੂਕ ਸਭ ਦਾ ਇਹਨਾਂ ਦੇ ਦੋਵਾਂ ਭਰਾਵਾਂ ਦੇ ਹਿੱਸੇ ਜਿਹੜੇ ਨੇ ਨਾ ਲੁਕੋ ਵਾਪਾ ਇੱਥੋਂ ਆ ਕੇ ਕੋਈ ਇਹਨਾਂ ਦੀਆਂ ਆਪਸ ਫਿਰ ਇਹਨਾਂ ਨੇ ਉਹ ਕੋਠੀ ਸੇਵ ਕਰ ਦਿੱਤੀ ਉਹਨੇ ਫਿਰ ਉੱਥੇ ਨਾ ਪੰਜ ਪੰਜ ਮਰਲੇ ਦੇ ਚੰਦੜ ਟਾਊਨ ਮਕਾਨ ਨਾ ਬਣੇ ਸਨ ਸੇਲ ਵਾਲੇ ਉਹ ਫਿਰ ਉਹਨੇ ਉਮਰ ਨੇ ਲੈ ਲਿਆ ਆਪਣਾ ਅੱਛਾ ਤੇ ਇਹਨਾਂ ਨੇ ਨਹੀਂ ਹਲੇ ਲਿਆ ਇਹਨਾਂ ਨੇ ਕੋਈ ਮਤਲਬ ਕਿ ਉਹਦਾ ਤਾਂ ਚਲੋ ਕਾਰੋਬਾਰ ਵੀ ਹੈ ਨਾ ਉਹਦੇ ਸਹੁਰਿਆਂ ਦੀ ਉਹ ਦੁਕਾਨ ਹੈ ਨਾ ਮੈਂ ਹਾਜੀ ਦੀ ਦੇਖ ਕੇ ਦੁਕਾਨ ਪਾਈ ਅੱਛਾ ਤੇ ਇਹ ਜਿਹੜਾ ਹੈ ਨਾ ਇਹਨੇ ਇਹ ਨਹੀਂ ਬਾਹਰ ਹੀ ਉਹਨੇ ਮਾਂ ਨੂੰ ਬੁਲਾ ਲਿਆ ਬਾਜੀ ਵੀ ਉੱਥੇ ਇੰਗਲੈਂਡ ਚਲੇ ਗਏ ਉਹ ਫਿਰ ਇਹਨਾਂ ਨੇ ਕਿਹਾ ਤੁਸੀਂ ਇੱਥੇ ਪਿੱਛੇ ਰਹਿ ਲਿਆ ਅਮੀ ਕਹਿੰਦੇ ਨੇ ਨਹੀਂ ਜ਼ੇਰ ਵਾਸਤੇ ਜੰਨਤ ਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਜ਼ੈਨਬ ਉੱਥੇ ਵਿਆਹ ਕੇ ਗਈ ਹੈ ਨਾ ਤੇ ਉਹਨਾਂ ਦਾ ਨਹੀਂ ਨਾ ਆਪਸ ਚ ਕੋਈ ਐਡਾ ਹੋਇਆ ਹਰ ਗੱਲ ਤੇ ਮਤਲਬ ਕਿ ਬਈ ਭਤੀਜਾ ਜ਼ਿਆਦਾ ਸਾਰੀ ਗੱਲ ਟਾਈਮ ਲੰਘਿਆ ਤੇ ਉਹਦੀ ਤੇ ਫਰਕ ਹੋਏਗੀ ਨਾ ਜਿਹੜਾ ਨਵਾਂ ਆਇਆ ਉਹਨੂੰ ਤੇ ਮਕਾਨ ਬਣਾਉਣ ਵਾਸਤੇ ਟਾਈਮ ਚਾਹੀਦਾ ਤੇ ਉਹ ਜਿਹੜੇ ਪਿੱਛੋਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਕਿ ਸਾਨੂੰ ਜਾਂਦੇ ਸੀ ਪਹਿਲੀ ਵਾਰੀ ਮਕਾਨ ਮਿਲ ਜਾਏ ਤੇ ਉਹ ਤਾਂ ਫਿਰ ਨਹੀਂ ਹੁੰਦਾ ਭਾਵੇਂ ਕੋਈ ਆਪਣੀ ਤੇ ਭਾਵੇਂ ਬਾਹਰੋਂ ਆਈ ਹਾਂਜੀ ਉਹ ਫਿਰ ਜਿਹੜਾ ਵੇ ਨਾ ਉੱਥੋਂ ਇਹਨਾਂ ਨੇ ਜਿਹੜੇ ਰਵੱਈਏ ਵੇਖੇ ਨੇ ਨਾ ਤੇ ਇਹਨਾਂ ਨੇ ਫਿਰ ਬੇਟੀਆਂ ਨੇ ਕਿਹਾ ਸੀ ਕਿ ਸਾਡਾ ਭਰਾ ਆਇਆ ਸੀ ਤੇ ਆ ਜਾ ਕੇ ਉਹਨੇ ਨਾ ਜੀਣਾ ਤੇ ਅਮੀ ਐਸਾ ਨਹੀਂ ਕਰਨਾ ਹੋਲਾ ਵੀ ਮੈਂ ਨਾ ਉਸ ਦਿਨ ਫੇਸਬੁੱਕ ਤੇ ਵੀ ਨਹੀਂ ਸਾਪੀ ਹੋਲਾ ਵੀ ਥੋੜੀ ਸਾਰੀ ਨਾ ਭਰ ਗਈ ਮਾਰ ਮੁਸ਼ਾਬਤ ਥੋੜੀ ਸਾਰੀ ਨਹੀਂ ਸਹੀ ਹੈ ਹਾਂ ਹਾਂ ਸੋਹਣੀ ਨਿਕਲੀ ਸਭ ਨਾਲ ਜ਼ਿਆਦਾ ਉਹ ਮੋਟੀ ਹੈ ਉਹ ਜਿਹੜੀ ਆਇਸ਼ਾ ਹੈ ਆਇਸ਼ਾ ਸ਼ੁਰੂ ਤੋਂ ਆਪਣੇ ਬਾਪ ਆ ਰਹੇ ਤੇ ਜ਼ੇਰ ਨਹੀਂ ਆਇਆ ਬਾਜੀ ਕਹਿੰਦੇ ਨੇ ਮੈਂ ਬਾਜੀ ਤੇ 4 ਮਹੀਨੇ ਹੋ ਗਏ ਸਨ ਜ਼ੇਰ ਦੀ ਬੇਗਮ ਛੋਟੀ ਸਾਰੀ ਹਾਈਟ ਦੇ ਨਹੀਂ ਤੇ ਮੇਰੇ ਜਿਹੜੀ ਹਾਈਟ ਹੈ ਸਾਂਵਲਾ ਰੰਗ ਹੈ ਤਸਵੀਰਾਂ ਚ ਖਲੋਤੀਆਂ ਨੇ ਇਕੱਠੀਆਂ ਸੱਸ ਦੇ ਨਾਲ ਨਾ ਸੱਸ ਉਹਨੇ ਸਕਾਫ ਲਿਆ ਹੁੰਦਾ ਉਹ ਸਕਾਫ ਨਹੀਂ ਲਾ ਨਹੀਂ ਸਕਾਫ ਨਹੀਂ ਉਹਨੇ ਲਿਆ ਕੁੜੀ ਨੇ ਨਹੀਂ ਉਹ ਸਕਾਫ ਲੈ ਉਹ ਵਿਚਕਾਰ ਖਲੋਤੀ ਹੈ ਤਿੰਨੇ ਹੀ ਆਲੇ ਦੁਆਲੇ ਭੈਣਾਂ ਨੇ ਤੇ ਆਂਟੀ ਨੇ ਨਾਲ ਉਹ ਕੋਈ ਹੋਰ ਹੋਏਗੀ ਨਾ ਸਗਨ ਵਗੈਰਾ ਉਹ ਸਕਾਫ ਲੈਂਦੀ ਪਿਆਰੀ ਹੋ ਗਈ ਨਾ ਸਹੀ ਹੈ ਮਤਲਬ ਲੇਕਿਨ ਜ਼ੋਰ ਜ਼ਿਆਦਾ ਪਿਆਰਾ ਸੀ ਅੱਛਾ ਬਾਜੀ ਤੇ 4 ਮਹੀਨੇ ਹੋ ਗਏ ਸਨ ਆ ਗਏ ਸਨ ਤੇ ਉਹ ਬਾਜੀ ਕਹਿੰਦੇ ਪਿਛਲੇ ਦੀ ਜ਼ਿਆਦਾ ਤਬੀਅਤ ਖਰਾਬ ਹੋਈ ਨਾ ਤੇ ਲਾਹੌਰ ਖੜਿਆ ਨੇ ਤੇ ਮੈਨੂੰ ਹਾਲਤ ਉਹਦੀ ਸੀਰੀਅਸ ਲੱਗਦੀ ਸੀ
ਤੇ ਡਾਕਟਰਾਂ ਨੇ ਵੀ ਮਤਲਬ ਹਿਸਾਬ ਨਾਲ ਕੋਈ ਸਲੀਬਸ ਜਵਾਬ ਨਹੀਂ ਸੀ ਦਿੱਤਾ ਹੈ ਤੇ ਬਾਜੀ ਕਹਿੰਦੇ ਮੈਂ ਸਵੇਰ ਨੂੰ ਕਿਹਾ ਸੀ ਕਿ ਤੂੰ ਆ ਜਾ ਮੰਮੀ ਲੱਗਦਾ ਹੈ ਕਿ ਭਤੀਜਾ ਤੇਰੀ ਹੈ ਨਾ ਬੱਚੇ ਦੀ ਤੇ ਤੂੰ ਆ ਜਾ ਤੇ ਆਇਆ ਵੀ ਉਹ ਆਇਆ ਹਫ਼ਤੇ ਵਾਲੇ ਦਿਨ ਤੇ ਉੱਥੇ ਲਾਹੌਰ ਹੀ ਉੱਤਰ ਰਹਿਣਾ ਸਿੱਧਾ ਹੋਸਪਿਟਲ ਮੇਰੇ ਹਾਲ 'ਚ ਗਿਆ ਤੇ ਉਹ ਫਿਰ ਜਿਹੜਾ ਨਾ ਕਹਿੰਦੀ ਉਸ ਵਕਤ ਹੋਸ਼ 'ਚ ਸੀ ਕਹਿੰਦੀ ਸ਼ੁਕਰ ਹੈ ਅੱਲਾਹ ਦਾ ਸਵੇਰ ਤੂੰ ਆ ਗਿਆ ਚੱਲ ਮੈਂ ਆਪਣੀ ਜ਼ਿੰਦਗੀ 'ਚ ਬਈ ਤੈਨੂੰ ਵੀ ਮਿਲ ਲਿਆ ਇੰਨਾ ਕਿਹਾ ਸੁਣ ਭਰਾ ਉਸ ਤੋਂ ਫਿਰ ਕੁਛ ਦੇਰ ਬਾਅਦ ਹੀ ਨਾ ਕੁਛ ਘੰਟਿਆਂ ਬਾਅਦ ਹੀ ਇਹ ਤਕਲੀਫ਼ ਜ਼ਿਆਦਾ ਹੋਈ ਸੀ ਫਿਰ ਬਰਦਾਸ਼ਤ ਨਹੀਂ ਕਹਿੰਦੇ ਨਾ ਬਹੁਤ ਜ਼ਿਆਦਾ ਤਕਲੀਫ਼ ਸੀ ਕਿਉਂਕਿ ਜਿਸ ਵੇਲੇ ਇਨਸਾਨ ਨੂੰ ਸਾਹ ਨਹੀਂ ਸਹੀ ਆਉਣਾ ਤਾਂ ਫਿਰ ਸਹੀ ਹੁੰਦੇ ਇਹ ਹਿਸਾਬ ਹੁੰਦਾ ਇਹਨੂੰ ਕਹਿੰਦੇ ਨੇ ਇੰਨੀ ਘਰੋਂ ਨੂੰ ਤਕਲੀਫ਼ ਸੀ ਮੈਂ ਬਰਦਾਸ਼ਤ ਨਹੀਂ ਸੀ ਹੁੰਦੀ ਵੇਖ ਕੇ ਤੇ ਉਹ ਜਿਹੜਾ ਨਾ ਤਾਂ ਤੇ ਨਹੀਂ ਕੁਛ ਕਰਦਾ ਤਾਂ ਜਿਹੜਾ ਪੜ੍ਹਦਾ ਪਿਆ ਉਹਦਾ ਲਾਸਟ ਸਮੈਸਟਰ ਹੈ ਉਹ ਹੈ ਨਹੀਂ ਹੁੰਦੀ ਫਾਰਮੈਸੀ ਦਾ ਜਿਹੜਾ ਸਾਰਾ ਹਾਂ ਮੈਡੀਕਲ ਦਾ ਨਹੀਂ ਉਹ ਪੜ੍ਹਿਆ ਰਮਜ਼ਾਨ 'ਚ ਉਹਦਾ ਲਾਸਟ ਸਮੈਸਟਰ ਖਤਮ ਹੋ ਜਾਣਾ ਹੁਣ ਉਹ ਪ੍ਰੈਕਟੀਕਲ ਵਾਸਤੇ ਭੇਜਦੇ ਨਾ ਜਿਵੇਂ MBBS ਡਾਕਟਰ ਹੁੰਦੇ ਤੇ ਉਹਨਾਂ ਪ੍ਰੈਕਟੀਕਲ ਵਾਸਤੇ ਹਾਊਸ ਜਾਬ ਵਾਸਤੇ ਵਗੈਰਾ ਭੇਜਦੇ ਬੇਟੀ ਦੀ ਤਾਂ ਸ਼ਾਦੀ ਅੰਮੀ ਕਹਿੰਦੇ ਨਾ ਉਹਦਾ ਉਹਦੀ ਅੱਗੋਂ ਬੇਟੀ ਹੈ ਬੜੀ ਸੋਹਣੀ ਸੀ ਉਹ ਬੇਟੀ ਆਪਣੇ ਤਾਂ ਵੇਖ ਇਹਦੇ ਤੇ ਨਹੀਂ ਭਤੀਜਾ ਜ਼ਿਆਦਾ ਸੋਹਣੀ ਮੈਨੂੰ ਤਾਂ ਉਹਦੇ ਤਾਂ ਲੱਗੀ ਨਹੀਂ ਉੱਥੇ ਨੂੰ ਮਿਲੀ ਹੈ ਨਾ ਉਹ ਵੀ ਆਪਸ 'ਚ ਹੀ ਕੀਤਾ ਨੇ ਨਹੀਂ ਉਹ ਬਾਹਰ ਕੀਤੀ ਨਾ ਨਹੀਂ ਬਾਹਰ ਹੀ ਕੀਤਾ ਛੁੱਟੀਆਂ ਬੱਚਿਆਂ ਨੂੰ ਹੁੰਦੀਆਂ ਹਨ ਤੇ ਆ ਜਾਂਦੀਆਂ ਹਨ ਪਿੱਛੇ ਵੀ ਆਈਆਂ ਹਨ ਭਤੀਜਾ ਨਾਲ ਮੇਰੇ ਫੋਨ ਤੇ ਗੱਲ ਹੋਈ ਬਾਜੀ ਤੁਸੀਂ ਹੁਣ ਤੇ ਮੈਂ ਇੱਥੇ ਆ ਗਈ ਆ ਮੰਮੀ ਵਾਲੇ ਘਰ ਜਵਾਬ ਜੈਸੇ ਹੀ ਲੱਗਦੀ ਹੈ ਤੋ ਮੈਨੂੰ ਉਸਕੀ ਸ਼ਾਦੀ ਕਰ ਦੇਣੀ ਹੈ ਯੇ ਜਾਤੀ ਹੈ ਨਾ ਮਾਨੂਰ ਤੋ ਉਸਕੀ ਬੇਟੀ ਮੈਂ ਫਿਰ ਬੜੀ ਯਾਦ ਆਤੀ ਹੈ ਹਮਾਰੇ ਆਪਣੇ ਘਰ ਤੋਂ ਨਿਕਲਦੇ ਉਹਨਾਂ ਨੇ ਇੰਨੀ ਮੌਲਤ ਹੀ ਨਹੀਂ ਦਿੱਤੀ ਅਸਲ 'ਚ ਉਹਦੇ ਹਮਨ ਨੂੰ ਹੋਇਆ ਨਾ ਅਟੈਕ ਹਾਲਤ ਦਾ ਉਹਨੂੰ ਵੇਖ ਕੇ ਟੈਨਸ਼ਨ ਲਈ ਕਿਉਂਕਿ ਜੇ ਮੈਂ ਠੀਕ ਹੁੰਦੀ ਨਾ ਤਾਂ ਮੈਂ ਖੁਦ ਸਾਰਾ ਸੰਭਾਲ ਲੈਂਦੀ ਇਹਨੂੰ ਮੈਂ ਕਿਸ ਤਰ੍ਹਾਂ ਸੰਭਾਲਾਂਗੀ ਕੀ ਹੋਏਗਾ ਕੀ ਨਹੀਂ ਹੋਏਗਾ ਬਸ ਇਹ ਟੈਨਸ਼ਨ ਲੈਂਦੇ ਆਪਣੇ ਤਾਂ ਸ਼ਰਾਬ ਪੀ ਪੀ ਕੇ ਆਪਣਾ ਇਹਦਾ ਹਾਲ ਕਰ ਲਏ ਰਿਜ਼ਵਾਨ ਮੈਂ ਸੁਣਿਆ ਬੜੀ ਪੀਂਦਾ ਕਿੰਨੇ ਕੁ ਉਦੋਂ ਹੀ ਅਸੀਂ ਉੱਥੇ ਹੀ ਹੁੰਦੇ ਸਾਂ ਜਦੋਂ ਦੱਸ ਦਿੰਦੇ ਤਾਂ ਮੋਟਾ ਘਰ ਤੋਂ ਹੋ ਗਿਆ ਉਹ ਤਾਂ ਫਿਰ ਉੱਥੇ ਡੱਗਦੇ ਤੇ ਉਹਨਾਂ ਦੀਆਂ ਖੁਰਾਕਾਂ ਨੇ ਪਾਏ ਤੇ ਫਿਰੀਆਂ ਤੇ ਇਹ ਉਹ ਖਾਣਾ ਤੇ ਸਾਦੇ ਖਾਣੇ ਇਹ ਚੀਜ਼ਾਂ ਨਹੀਂ ਮਤਲਬ ਉਹ ਤਾਂ ਸਿਪਰ ਵੀ ਨਹੀਂ ਪੀਂਦਾ ਅੱਛਾ ਮੰਮੀ ਬਹੁਤ ਸਿੱਖ ਰਹੀ ਹੈ ਯਾਰ ਮੈਂ
ਮੈਂ ਨਾ ਪੁੱਛੀ ਤੇ ਮੈਂ ਕਿਹਾ ਖਤਮ ਹੋ ਗਈਆਂ ਜੁਆ ਕਹਿੰਦੀ ਲਿਖਾਂ ਆਇਆ ਨਹੀਂ ਹਜੇ ਮੈਂ ਕੋਈ ਸ਼ਾਇਰ ਹਾਂ ਜੈਨੀ ਨੂੰ ਵੇਖਿਆ ਅਜੇ ਕੋਈ ਸ਼ਾਇਰ ਨਹੀਂ ਗੀਤ ਤੱਕ ਨਹੀਂ ਲਿਖਿਆ ਇਹਨੂੰ ਅੰਬ ਜਾਤੇ ਖੁਦ ਨਹੀਂ ਇਹਦੀਆਂ ਆਪਣੀਆਂ ਭੈਣਾਂ ਜਦੋਂ ਇਹ ਇੱਥੇ ਰਹਿ ਕੇ ਜਾਏ ਜਾਂ ਬਈ ਉੱਥੇ ਪ੍ਰਿੰਸੀਪਲ ਆ ਫਿਰ ਮੈਂ ਫੇਰ ਲੈਂਦੀ ਹਾਂ ਸੰਗੀ ਉਹਦੇ ਜਿਹੜੀ ਉਹ ਘਰ ਫਿਰ ਉਹ ਚਾਚੀ ਵੀ ਵੇਖ ਲੈਂਦੀ ਸੀ ਨਾ ਆਂਟੀ ਜਾਨੋ ਆਂਟੀ ਜਾਨੋ ਵੀ ਵੇਖ ਲੈਂਦੀ ਫਿਰ ਇਹ ਨਾ ਫਿਰ ਇਹਨੂੰ ਖੜਨਾ ਪੈਂਦਾ ਨਾ ਜਾਂ ਫਿਰ ਉਹਨਾਂ ਦਾ ਤੂੰ ਘਰ 'ਚ ਆਉਂਦੀਆਂ ਚੱਕਰ ਲਾਉਂਦੀਆਂ ਤਾਂ ਹੈ ਆਂਟੀ ਜਾਨੋ ਵੀ ਆਉਂਦੀਆਂ ਨਹੀਂ ਟਾਈਮ ਘਰਾਂ 'ਚ ਨਹੀਂ ਆਉਂਦੀ ਹੁੰਦੀ ਤਾਂ ਮੇਰੇ ਵੀ ਆਪਣੇ ਸਿਰ 'ਚ ਇੰਨੀ ਖੁਸ਼ੀ ਹੈ ਮੈਨੂੰ ਇੰਨੀ ਹਾਰਸ਼ ਹੁੰਦੀ ਹੈ ਹਾਲੀ ਨਹੀਂ ਹੈ ਨਾ ਮੈਂ ਇੱਥੋਂ ਵੇਖੀਆਂ ਇੰਨੀ ਬਰੀਕ ਤੱਕ ਨਿਕਲੀ ਹੈ ਜਿਹੜਾ ਸਾਹਿਬ ਨੇ ਰਿਵਾਜ ਨੇ ਭਾਰੇ ਅਤੇ ਉਹ ਨਾ ਜਗ੍ਹਾ ਜਗ੍ਹਾ ਸਮਾਈਆਂ ਨੇ ਮੈਂ ਤਾਂ ਸਿਰ ਵੇਖਣਾ ਤਾਂ ਮੈਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਮੇਰੀ ਜਦੋਂ ਸ਼ਾਦੀ ਹੋਈ ਸੀ ਨਾ ਮੈਨੂੰ ਸਾਰੀ ਰਾਤ ਦੇ ਤਾਂ ਮੈਂ ਜਾਗ ਨਹੀਂ ਸਾ ਅਤੇ ਜਿਸ ਦਿਨ ਬਰਾਤ ਮੈਂ ਪਾਰਲਰ 'ਚ ਗਈ ਨਾ ਅਤੇ ਮੈਂ ਪਹਿਲਾਂ 2 ਘੰਟੇ ਤੋਂ ਸੁੱਤੀ ਹੈ ਨਾ ਫਿਰ ਮੈਂ ਉੱਠੀ ਮੂੰਹ 'ਚ ਧੋ ਕੇ ਮੈਂ ਤਿਆਰ ਕਰਨ ਲਈ ਨਾ ਮੈਂ ਸੌਣ ਲੱਗੀ ਹਾਂ ਤਾਂ ਤੂੰ ਜੋ ਮਰਜ਼ੀ ਪਈ ਤਾ ਹੋ ਜਾਏਗਾ ਨਾ ਸਾਰਾ ਇਹ ਤਾਂ ਫਿਰ ਮੈਂ ਦੱਸ ਦਿਉ ਮੈਨੂੰ ਪਰਸੋਂ ਚੌਥ ਲਾਇਆ ਬਾਜੀ ਮਨਜ਼ੂਰਾਂ ਨੇ ਤੇਲ ਕੱਲ੍ਹ ਲਾਇਆ ਬਾਜੀ ਜੀਨਾ ਨੇ ਤੇਲ ਮੈਂ ਕਿਹਾ ਹੁਣ ਦੋ ਬਾਜੀ ਸ਼ੀਨਾ ਕੋ ਜਾ ਕੇ ਲਵਾਵਾਂਗੀ ਸਾਰੀਆਂ ਕੋ ਵਾਰੀ ਵਾਰੀ ਲਵਾ ਲਾ ਅੱਛਾ ਬਾਜੀ ਬੀਨਾ ਦੀਦੀ ਬਣਾਈ ਸੀ ਹਾਂ ਬਾਜੀ ਬੀਨਾ ਤਾਂ ਇੱਧਰ ਦੇ ਵਿੱਚ ਨਾ ਉਹਨਾਂ ਨੇ ਮੇਰੇ ਨਾਲ ਚੁਣੀ ਸੀ ਬਣਵਾਉਣੀਆਂ ਰੇਹੜੀ ਡਰਾਈ ਫਰੂਟ ਤੇ ਨਾਲ ਪੜਿਆ ਕੋਈ ਨੀ ਨਹੀਂ ਪਤਾ ਪੜ੍ਹਿਆ ਹੁੰਦਾ ਤਾਂ ਫਿਰ ਤਾਂ ਕੋਈ ਮਸਲਾ ਹੀ ਨਹੀਂ ਸੁਣਿਆ ਮੈਂ ਤਾਂ ਮਸਲਾ ਕੋਈ ਨਹੀਂ ਕੀਤਾ ਫਿਰ ਵੀ ਵਿਹਲਾ ਹੋ ਗਿਆ ਦੇਖ ਰਿਹਾ ਨਾ ਮੈਂ ਹਾਲ ਚ ਕੋਈ ਧੀ ਹੋਣਾ ਪੜ੍ਹਾਉਂਦੀ ਮੈਂ ਹਾਲ ਚ ਅਕਤੂਬਰ ਨਹੀਂ ਪਤਾ ਲਾਫੇ ਨਾ ਛੋਟਾ ਮੇਰੇ ਹਾਲ ਚ ਵੱਡੇ ਨੇ ਸਾਰੇ ਇਹ ਵੱਡੇ ਸਨ ਵੀ ਵੱਡਾ ਤੇ ਇਹ ਵੀ ਵੱਡਾ ਤੇ ਇਹ ਵੱਡੇ 2 ਸਾਲ ਵੱਡਾ ਰਾਫੇ ਮੇਰੀ ਅੰਮੀ ਦੇ ਵੀ ਬਹੁਤ ਜ਼ਿਆਦਾ ਵਾਲ ਚਿੱਟੇ ਨੇ ਆਂਟੀ ਰਾਣੂ ਦਾ ਨਹੀਂ ਮੈਨੂੰ ਪਤਾ ਉਹਨਾਂ ਦੇ ਕਹਿੰਦੇ ਨੇ ਹਰ ਹਫ਼ਤੇ ਉਹ ਤਾਂ ਹੀ ਉਹਨਾਂ ਦੇ ਵਾਲ ਜਿਹੜੇ ਨੇ ਨਾ ਘੱਟ ਹੋ ਗਏ ਨੇ ਅੱਗੇ ਇੰਨੇ ਸੋਹਣੇ ਸਨ ਮੈਂ ਤੇ ਜੂੰ ਕਰਾਤੀ ਹਾਂ ਨਾ ਮੈਂ ਮੈਂ ਕਰਾਤੀ ਤਾਂ ਪਹਿਲੇ ਸੀ ਉਹ ਕਦੇ ਦਿਨ ਟ੍ਰੇਨ ਚ ਨਾ ਸੁਣਾ ਦੇ ਰਾਤ ਨੂੰ ਲਾਈ ਮਾਮੂ ਆਰਫ ਵੀ ਲਾਉਂਦੇ ਨੇ ਨਹੀਂ ਨਹੀਂ
ਬਾਜ ਬੋਲੋ ਲਾਂਦੇ ਨੇ ਉਹਦਾ ਸਾਰਾ ਸਿਰ ਚੇਤਾ ਮੇਰੇ ਨਹੀਂ ਆਉਂਦੇ ਨਹੀਂ ਆਉਂਦੇ ਉਹਦੇ ਬਹੁਤ ਜ਼ਿਆਦਾ ਹਜੇ ਏਜ ਦੇ ਛੋਟੇ ਨੇ ਮੋਟਾਪਾ ਹੁੰਦਾ ਜਾਂਦਾ ਸੀ ਅਤੇ ਸਾਹ ਚੜ੍ਹਦਾ ਖਾ ਖਾ ਕੇ ਨਾ ਚਾਵਲ ਕੱਚੇ ਇਸਤੇਮਾਲ ਲਿਆ ਮੈਂ